ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ 1987-88 ਦੀ ਗੱਲ ਹੈ ਜਦੋਂ ਪੰਜਾਬ ਦੀ ਧਰਤੀ ਤੇ ਖੜਕੂ ਸੰਘਰਸ਼ ਆਪਣੇ ਪੂਰੇ ਸਿਖਰ ਤੇ ਸੀ ਜੂਨ ਦੀ ਇੱਕ ਤਪਦੀ ਦੁਪਹਿਰ ਬਟਾਲੇ ਇਲਾਕੇ ਦੇ ਖੇਤਾਂ ਵਿੱਚ ਵਸਦੀ ਢਾਣੀ ਦਾ ਕਿਸੇ ਨੇ ਬੂਆ ਖੜਕਾਇਆ ਅੰਦਰੋਂ ਜਦੋਂ ਇੱਕ ਬਜ਼ੁਰਗ ਬਾਪੂ ਨੇ ਬੂਆ ਖੋਲਿਆ ਤਾਂ ਸਾਹਮਣੇ 5-7 ਹਥਿਆਰਬੰਦ ਨੌਜਵਾਨ ਖਲੋਤੇ ਸਨ ਉਹਨਾਂ ਦੇ ਹੱਥਾਂ ਵਿੱਚ ਐਡੇ ਵੱਡੇ-ਵੱਡੇ ਹਥਿਆਰ ਵੇਖ ਕੇ ਵੀ ਬਾਪੂ ਭੋਰਾ ਨਾ ਕਬਰਿਆ ਜਿਵੇਂ ਕਿ ਇਹ ਗੱਬਰੂਆਂ ਦਾ ਟੋਲਾ ਉਹਨਾਂ ਨਾਲ ਚੰਗੀ ਤਰ੍ਹਾਂ ਵਾਕਿਫ ਹੋਵੇ ਕਹਿੰਦੇ ਹਾਂਜੀ ਪੁੱਤਰ ਜੀ ਕਿਵੇਂ ਆਉਣਾ ਹੋਇਆ ਉਹਨਾਂ ਗੱਬਰੂਆਂ ਚੋਂ ਇੱਕ ਹੋਲੀ ਜੀ ਉਮਰ ਦਾ ਨੌਜਵਾਨ ਜੋ ਕਿ ਉਹਨਾਂ ਦਾ ਆਗੂ ਜਾਪਦਾ ਸੀ ਕਹਿੰਦੇ ਬਾਪੂ ਜੀ ਭੁੱਖ ਬੋਤ ਲੱਗੀ ਹੈ ਪ੍ਰਸ਼ਾਦਾ ਛਕਣਾ ਸੀ ਉਸ ਬਜ਼ੁਰਗ ਨੇ ਬਿਨਾਂ ਕਿਸੇ ਸੰਕੋਚ ਦੇ ਨੌਜਵਾਨਾਂ ਨੂੰ ਅੰਦਰ ਸੱਦ ਲਿਆ ਪ੍ਰਸ਼ਾਦਾ ਤਿਆਰ ਹੋਇਆ ਤੇ ਜਦੋਂ ਸ਼ਕਾਉਣ ਦੇ ਲਈ ਬਾਪੂ ਦੀ ਜਵਾਨ ਧੀ ਸਾਹਮਣੇ ਆਈ ਤ ਉਸ ਹੌਲੀ ਜੀ ਉਮਰ ਦੇ ਨੌਜਵਾਨ ਆਗੂ ਨੇ ਬਾਪੂ ਤੋਂ ਉਹਨਾਂ ਦੇ ਪੁੱਤਰਾਂ ਬਾਰੇ ਪੁੱਛਿਆ ਬਾਪੂ ਨੇ ਦੱਸਿਆ ਕਿ ਮੇਰੇ ਘਰ ਕੋਈ ਪੁੱਤਰ ਨਹੀਂ ਹੈਗਾ ਮੇਰੀ ਘਰ ਵਾਲੀ ਕਿਸੇ ਕੰਮ ਨਾਲ ਵੰਡੀ ਗਈ ਹੈ ਤੇ ਘਰ ਵਿੱਚ ਬਸ ਦੋ ਧੀਆ ਹੀ ਹਨ ਇੱਕ ਚੁੰਕੇ ਚ ਲੋ ਤੇ ਪ੍ਰਸ਼ਾਦੇ ਲਾ ਰਹੀ ਹੈ ਤੇ ਦੂਜੀ ਤਾਂ ਨੂੰ ਛਕਾਉਣ ਲੱਗੀ ਹੈ ਇਹ ਸੁਣ ਕੇ ਉਹ ਨੌਜਵਾਨ ਕਹਿੰਦਾ ਅਸੀਂ ਨਹੀਂ ਸ ਜਾਣਦੇ ਕਿ ਇਸ ਘਰ ਵਿੱਚ ਦੋ ਜਵਾਨ ਧੀਆਂ ਵੱਸਦੀਆਂ ਹਨ ਅਸੀਂ ਹੁਣ ਇੱਥੇ ਇੱਕ ਮਿੰਟ ਵੀ ਨਹੀਂ ਰੁਕ ਸਕਦੇ ਜੇ ਕਿਧਰੇ ਕਿਸੇ ਨੇ ਪੁਲਿਸ ਨੂੰ ਸੂਹ ਦੇ ਦਿੱਤੀ ਤਾਂ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਘਰ ਕੇ ਧੀਆਂ ਥਾਣਿਆਂ ਵਿੱਚ ਖੱਜਲਖਵਾਰ ਹੋਣ ਪ੍ਰਸ਼ਾਦਿਆਂ ਦਾ ਕੀ ਹੈ ਕਿਤੇ ਹੋਰ ਮਿਲ ਗਏ ਤਾਂ ਠੀਕ ਨਹੀਂ ਤਾਂ ਵੱਧ ਤੋਂ ਵੱਧ ਅਜ ਨਾਸ਼ਕਾਂਗੇ ਇਹ ਕਹਿ ਕੇ ਉਹ ਨੌਜਵਾਨਾਂ ਦਾ ਟੋਲਾ ਪੱਕਦੇ ਹੋਏ ਪ੍ਰਸ਼ਾਦ ਦੇ ਬਿਨਾਂ ਛਕੇ ਹੀ ਉੱਥੋਂ ਚਲੇ ਗਏ ਹਜੇ ਮਸਾ 2-3 ਘੰਟਿਆਂ ਦਾ ਸਮਾਂ ਹੀ ਲੰਘਿਆ ਸੀ ਕਿ ਉਹੀ ਹੋਇਆ ਜਿਦੀ ਸ਼ੰਕਾ ਸੀ ਕਿਸੇ ਨੇ ਸੂਹ ਦੇ ਦਿੱਤੀ ਤੇ ਹਨੇਰਾ ਪੈਣ ਤੋਂ ਪਹਿਲਾਂ ਹੀ ਪੁਲਿਸ ਤੇ CRPF ਦੀਆਂ ਗੱਡੀਆਂ ਆਵਜੀਆਂ ਪੁਲਿਸ ਦਾ ਅਫਸਰ ਜੋ ਪੰਜਾਬ ਦਾ ਨਹੀਂ ਕਿਤੇ ਔਰ ਬਾਹਰ ਦਾ ਜਾਬਦਾ ਸੀ ਕਹਿੰਦਾ ਸੱਚੋ ਸੱਚੀ ਦੱਸੀ ਬਾਪੂ ਕਿ ਤੁਹਾਡੇ ਘਰ ਅੱਤਵਾਦੀ ਆਏ ਸਨ ਬਾਪੂ ਨੇ ਜਵਾਬ ਦਿੱਤਾ ਕਿ ਆਏ ਤਾਂ ਸਨ ਪਰ ਭੁੱਖਾ ਹੀ ਵਾਪਸ ਮੁੜ ਗਏ ਤੇ ਨਾਲ ਹੀ ਸਾਰੀ ਗੱਲ ਕਹਿ ਸੁਣਾਈ ਬਾਪੂ ਦਾ ਜਵਾਬ ਸੁਣ ਕੇ ਅਫਸਰ ਹੈਰਾਨ ਹੋ ਗਿਆ ਕਹਿੰਦਾ ਕਮਾਲ ਹੈ ਇੰਨੇ ਉੱਚੇ ਕਿਰਦਾਰ ਸਾਨੂੰ ਤਾਂ ਕੁਝ ਹੋਰ ਦੱਸ ਕੇ ਭੜਕਾ ਕੇ ਦਮਨਕਾਰੀਆ ਨੀਤੀਆਂ ਵਰਤਣ ਲਈ ਪੰਜਾਬ ਭੇਜਿਆ ਗਿਆ ਸੀ ਜੇ ਇਹ ਸਾਰੀ ਗੱਲ ਸੱਚ ਹੈ ਤਾਂ ਸਰਕਾਰਾਂ ਵਿੱਚ ਫਜ਼ੂਲੀ ਮੱਥਾ ਮਾਰ ਰਹੀ ਹੈ ਜਿੰਨਾ ਚਿਰ ਇਹਨਾਂ ਅਤਵਾਦੀਆਂ ਦੇ ਕਿਰਦਾਰ ਨੂੰ ਆਵਾਮ ਦੇ ਸਾਹਮਣੇ ਵਿਗਾੜ ਕੇ ਨਹੀਂ ਪੇਸ਼ ਕੀਤਾ ਜਾਂਦਾ ਇਸ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ ਤੇ ਇਤਿਹਾਸ ਗਵਾਹ ਹੈ ਸਰਕਾਰਾਂ ਨੇ ਫਿਰ ਇਹੀ ਨੀਤੀ ਵਰਤੀ ਖੈਰ ਤੁਸੀਂ ਅੰਦਾਜ਼ਾ ਤਾਂ ਲਾ ਹੀ ਲਿਆ ਹੋਣਾ ਕਿ ਇਹ ਹੌਲੀ ਜੀ ਉਮਰ ਦਾ ਨੌਜਵਾਨ ਉਹੀ ਸੂਰਮਾ ਹੈ ਜਿਹਦੇ ਆਲੇ-ਦੁਆਲੇ ਅੱਜ ਦਾ ਇਹ ਵੀਡੀਓ ਬੁਣਿਆ ਗਿਆ ਹੈ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਲੈਫਟੇਨੈਂਟ ਕਮਾਂਡਰ ਭਾਈ ਜੋਗਰਾਜ ਸਿੰਘ ਤੂਫਾਨ ਉਹ ਹਰਮਨ ਪਿਆਰਾ ਸੂਰਮਾ ਜਿਹਨੂੰ ਹਕੂਮਤ ਵੱਲੋਂ ਫੈਲਾਏ ਗਏ ਧਾਰਮਿਕ ਨਫ਼ਰਤ ਦੇ ਦੌਰ ਵਿੱਚ ਵੀ ਹਿੰਦੂ ਉਨਾ ਹੀ ਪ੍ਰੇਮ ਕਰਦੇ ਸਨ ਜਿੰਨਾ ਸਿੱਖ ਤੂਫਾਨ ਸ਼ਬਦ ਉਹਨਾਂ ਦੇ ਨਾਮ ਨਾਲ ਇਸ ਕਰਕੇ ਜੁੜਦਾ ਸੀ ਕਿਉਂਕਿ ਉਹ ਤੂਫਾਨ ਵਾਂਗ ਹੋਂਦਾ ਤੇ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦੇ ਕੇ ਤੂਫਾਨ ਵਾਂਗ ਹੀ ਅਲੋਪ ਹੋ ਜਾਂਦਾ ਭਾਈ ਯੋਗਰਾਜ ਸਿੰਘ ਤੂਫਾਨ ਦੇ ਇਹੋ ਜੇ ਕਈ ਕਾਰਨਾਮੇ ਅੱਜ ਦੇ ਵੀਡੀਓ ਵਿੱਚ ਸਾਂਝੇ ਕਰਾਂਗੇ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਪੰਜਾਬ ਤੇ ਸਿੱਕੀ ਨਾਲ ਜੁੜੀ ਹਰ ਤਰ੍ਹਾਂ ਦੀ ਜਾਣਕਾਰੀ ਲਈ ਸਕਸੈਸ ਤੇਰਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਭਾਈ ਯੋਗਰਾਜ ਸਿੰਘ ਤੂਫਾਨ ਦਾ ਜਨਮ ਬਟਾਲੇ ਤੋਂ 20 ਕਿਲੋਮੀਟਰ ਦੂਰ ਪਿੰਡ ਚਿਮਾ ਖੁੱਡੀ ਵਿਖੇ ਬੀਬੀ ਹਰਬੰਸ ਕੋਰ ਦੀ ਕੁੱਖ ਤੋਂ ਸਰਦਾਰ ਮਹਿੰਦਰ ਸਿੰਘ ਦੇ ਘਰ ਹੋਇਆ ਸੀ ਭਾਈ ਸਾਹਿਬ ਆਪਣੀਆਂ ਪੰਜ ਭੈਣਾਂ ਤੋਂ ਛੋਟਾ ਤੇ ਉਹਨਾਂ ਸਭ ਦਾ लाਡਲਾ ਵੀਰ ਸੀ ਜਿਸ ਨੂੰ ਉਹਨਾਂ ਪਰਮਾਤਮਾ ਅੱਗੇ ਝੋਲੀਆਂ ਅਡ ਅਡ ਕੇ ਆਪਣੇ ਲੇਖਾ 'ਚ ਲਿਖਾਇਆ ਸੀ ਜਦੋਂ ਭਾਈ ਯੋਗਰਾਜ ਸਿੰਘ ਤੂਫਾਨ ਦਾ ਜਨਮ ਹੋਇਆ ਉਦੋਂ ਉਹਨਾਂ ਦੀ ਸਭ ਤੋਂ ਵੱਡੀ ਭੈਣ ਦਾ ਮੰਗਣਾ ਹੋ ਚੁੱਕਿਆ ਸੀ ਪਿੰਡ ਵਿੱਚ ਇਹਨਾਂ ਨੂੰ ਬੰਦੂਕਚੀਆਂ ਦਾ ਟੱਬਰ ਕਿਹਾ ਜਾਂਦਾ ਸੀ ਕਿਉਂਕਿ ਭਾਈ ਸਾਹਿਬ ਦੇ ਦਾਦਾ ਜੀ ਸਰਦਾਰ ਭਾਨ ਸਿੰਘ ਜੀ ਇਲਾਕੇ ਦੇ ਬੜੇ ਮਸ਼ਹੂਰ ਨਿਸ਼ਾਨੇਬਾਜ਼ ਭਾਈ ਯੋਗਰਾਜ ਸਿੰਘ ਤੂਫਾਨ ਦੀ ਉਮਰ ਉਸ ਸਮੇਂ ਮਸਾ 13 ਕੁਸਾਲ ਦੀ ਸੀ ਜਦੋਂ ਦਰਬਾਰ ਸਾਹਿਬ ਤੇ ਫੌਜਾਂ ਨੇ ਚੜ੍ਹਾਈ ਕੀਤੀ ਤੇ ਤੀਜਾ ਕੱਲੂ ਘਰਾ ਵਾਪਰਿਆ ਇਸ ਵਰਤਾਰੇ ਦਾ ਭਾਈ ਸਾਹਿਬ ਦੀ ਮਾਨਸਿਕਤਾ ਤੇ ਬੜਾ ਗੂੜਾ ਅਸਰ ਪਿਆ ਉਹ ਜਦੋਂ ਕਿਤੇ ਸੜਕ ਤੋਂ ਫੌਜ ਦੀ ਗੱਡੀ ਲੰਘਦੇ ਵੇਖਦੇ ਤਾਂ ਆਪੇ ਤੋਂ ਬਾਹਰ ਹੋ ਜਾਂਦੇ ਉਹਨਾਂ ਦੇ ਅੰਦਰ ਦੀ ਅੱਗ ਉਹਨਾਂ ਦੀ ਕੇਸਰੀ ਰੰਗ ਦੀ ਦਸਤਾਰ ਚੋਂ ਵੀ ਝਲਕਦੀ ਸੀ ਭਾਈ ਤੂਫਾਨ ਸਿੰਘ ਦੀ ਸ਼ੁਰੂਆਤੀ ਪੜ੍ਹਾਈ ਪਿੰਡ ਦੇ ਹੀ ਭੂਸ਼ਣ ਮਾਡਲ ਸਕੂਲ ਤੋਂ ਹੋਈ ਇੱਕ ਦਿਨ ਜਦੋਂ ਸਕੂਲ ਵਿੱਚ ਕਿਸੇ ਸਰਕਾਰੀ ਅਫਸਰ ਨੇ ਆਉਣਾ ਸੀ ਤਾਂ ਮਾਸਟਰ ਨੇ ਉਹਨਾਂ ਨੂੰ ਕਰੋ ਦੂਸਰੇ ਰੰਗ ਦੀ ਦਸਤਾਰ ਬੰਨ੍ਹ ਕੇ ਆਉਣ ਨੂੰ ਕਿਹਾ ਜਦੋਂ ਭਾਈ ਸਾਹਿਬ ਨੇ ਸਾਫ਼-ਸਾਫ਼ ਇਨਕਾਰ ਕਰਤਾ ਤਾਂ ਉਹਨਾਂ ਨੂੰ ਸਕੂਲੋਂ ਬਾਹਰ ਕੱਢ ਦਿੱਤਾ ਗਿਆ ਪਰ ਆਪਣੀ ਅੜੀ ਦਾ ਪੱਕਾ ਬਲਕ ਯੋਗਰਾਜ ਉੱਥੇ ਗੇਟ ਤੇ ਹੀ ਬਹਿ ਗਿਆ ਤੇ ਸਰਕਾਰੀ ਅਫਸਰ ਦੇ ਉਣ ਤੇ ਆਪਣੇ ਰੋਧਾ ਪ੍ਰਗਟਾ ਕੀਤਾ ਸਿੱਟੇ ਵਜੋਂ ਉਹਨਾਂ ਦਾ ਨਾਮ ਪੱਕੇ ਤੌਰ ਤੇ ਸਕੂਲ ਤੋਂ ਕੱਟ ਦਿੱਤਾ ਗਿਆ ਤਦ ਉਹਨਾਂ ਆਪਣੀ ਅਗਲੀ ਪੜ੍ਹਾਈ ਉੱਤਰਵਾਲ ਦੇ ਪ੍ਰਾਈਵੇਟ ਸਕੂਲ ਤੋਂ ਕੀਤੀ ਹਜੇ ਮਸਾ 10ਵੀਂ ਦੇ ਇਮਤਿਹਾਨ ਹੀ ਦਿੱਤੇ ਹੋਣਗੇ ਕਿ ਇਸ ਮੁਛਫਟ ਗੱਭਰੂ ਦੇ ਕਦਮ ਲਾਲ ਕਿਲੇ ਦੀ ਕੰਦਾ ਨਾਲ ਟਕਰਾਉਣ ਵਾਲੇ ਕਾਫਲਿਆਂ ਨੂੰ ਲੱਭਣ ਤੁਰ ਪਏ ਕਿਉਂਕਿ ਉਸ ਸਮੇਂ ਇੰਨਾ ਤਤਾ ਸੀ ਪੁਲਿਸ ਵਾਲੇ ਕਿਸੇ ਵੱਡੀ ਛੋਟੀ ਉਮਰ ਦਾ ਲਿਆਜ਼ ਨਹੀਂ ਸੰਕਰਦੇ ਖੜਕੂ ਸਿੰਘਾਂ ਨੂੰ ਪਨਾਹ ਦੇਣ ਦੇ ਸ਼ੱਕ ਦੇ ਆਧਾਰ ਤੇ 15 ਕੋ ਸਾਲ ਦੇ ਜਗਰਾਤ ਸਿੰਘ ਨੂੰ ਚੁੰਧੋਈ ਵਾਲੇ ਪੁਲ ਤੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਤੋਂ ਬਾਅਦ ਪੁਲਿਸ ਕਸਟਡੀ ਵਿੱਚ ਇਸ ਬਾਲਕ ਤੇ ਬੇਅੰਤ ਤਸ਼ੱਦਦ ਟਾਇਆ ਗਿਆ ਬਾਲਕ ਯੋਗਰਾਜ ਨੂੰ ਇਸ ਤਰ੍ਹਾਂ ਡੰਗਰਾ ਵਾਂਗ ਲੰਮਾ ਪਾ ਕੇ ਕੁੱਟਿਆ ਗਿਆ ਕਿ ਉਹਨਾਂ ਦੇ ਪਿੰਡੇ ਤੇ ਪਏ ਪੱਟਿਆਂ ਦੇ ਨਿਸ਼ਾਨ ਉਮਰ ਇਸ ਤਸ਼ੱਦਦ ਦੀ ਗਵਾਹੀ ਭਰਦੇ ਰਹੇ ਜ਼ਾਲਮ ਪੁਲਸੀਆਂ ਨੇ ਉਹਨਾਂ ਦੇ ਉਂਗਲਾਂ ਦੇ ਨੋਹ ਪੱਟ ਦਿੱਤੇ ਉਹਨਾਂ ਨੂੰ ਜੀਪ ਤੇ ਮਗਰ ਬੰਨ ਕੇ ਕਈ ਚਿਰ ਕਿਸੀਟਿਆ ਗਿਆ ਉਦੋਂ ਅਦਾਲਤ ਨੇ ਵੀ ਉਹਨਾਂ ਨੂੰ ਗੁਨਾਹਗਰ ਮੰਨ ਕੇ 18 ਸਾਲ ਤੋਂ ਘੱਟ ਉਮਰ ਦਾ ਹੋਣ ਕਰਕੇ ਬਾਲ ਸੁਧਾਰ ਘਰ ਵਿੱਚ ਭੇਜਣ ਦਾ ਫਰਮਾਨ ਜਾਰੀ ਕਰ ਦਿੱਤਾ ਪਹਿਲਾਂ ਕੁਝ ਸਮਾਂ ਉਹ ਗੁਰਦਾਸਪੁਰ ਫਿਰ ਸੰਗਰੂਰ ਤੇ ਫਿਰ ਹੁਸ਼ਿਆਰਪੁਰ ਦੇ ਬਾਲ ਸੁਧਾਰ ਘਰ ਵਿੱਚ ਰਹੇ ਇੱਥੇ ਉਹਨਾਂ ਦੀ ਮੁਲਾਕਾਤ ਆਪਣੇ ਵਰਗੀ ਸੋਚ ਵਾਲੇ ਕਈ ਜੁਧਾਰੀਆਂ ਨਾਲ ਹੋਈ ਪਹਿਲਾਂ ਤਾਂ ਉਹਨਾਂ ਨੂੰ ਪੰਜ ਭੈਣਾਂ ਦਾ ਇਕੱਲਾ ਵੀਰ ਦੱਸ ਕੇ ਇਨ੍ਹਾਂ ਕੰਮਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਪਰ ਛੇਤੀ ਹੀ ਉਹ ਵੀ ਤੂਫਾਨ ਸਿੰਘ ਦੇ ਪੱਕੇ ਇਰਾਦਿਆਂ ਤੋਂ ਜਾਣੂ ਹੋ ਗਏ ਮਸਾ 9 ਮਹੀਨੇ ਬਾਲ ਸੁਧਾਰ ਘਰ ਵਿੱਚ ਰਹਿਣ ਤੋਂ ਬਾਅਦ ਭਾਈ ਤੂਫਾਨ ਸਿੰਘ ਨੇ ਇੱਕ ਜੁਗਤ ਲੜਾਈ ਕਿਉਂਕਿ ਬਾਲ ਸੁਧਾਰ ਘਰਾਂ ਦੀ ਸਿਕਿਉਰਿਟੀ ਜ਼ਿਲ੍ਹਾ ਵਰਗੀ ਟਾਈਟ ਨਹੀਂ ਹੁੰਦੀ ਇਹ ਦੇ ਦੋ ਸਾਥੀਆਂ ਸਮੇਤ ਟਾਫ ਦੇ ਸ਼ਿਫਟ ਬਦਲਨ ਦੇ ਸਮੇਂ ਜੇਲ੍ਹ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ ਤੇ ਬਾਹਰ ਨਿਕਲਣ ਤੋਂ ਬਾਅਦ ਜੇਲ੍ਹ ਵਿੱਚ ਹੋਈ ਜਾਣਕਾਰੀ ਦੇ ਆਧਾਰ ਤੇ ਉਪਈ ਅਵਤਾਰ ਸਿੰਘ ਬਰਮਾ ਦੀ ਕਮਾਲ ਵਾਲੀ ਖਾਲਿਸਤਾਨ ਲਿਬਰੇਸ਼ਨ ਫੋਰਸ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋ ਗਏ ਤੇ ਇੱਥੋਂ ਸ਼ੁਰੂ ਹੋਇਆ ਭਾਈ ਜੋਗਰਾ ਸਿੰਘ ਦੇ ਤੂਫਾਨ ਬਣਨ ਦਾ ਸਫ਼ਰ ਜਿਹਦੇ ਕਰਕੇ ਅੱਜ ਵੀ ਅਸੀਂ ਉਹਨਾਂ ਨੂੰ ਆਪਣੇ ਖਿਆਲਾਂ ਵਿੱਚ ਯਾਦ ਰੱਖਦੇ ਹਾਂ ਇਹ ਕਹਿਰੇ ਸਰੀਰ ਤੇ ਚਮਕਦੀਆਂ ਅੱਖਾਂ ਵਾਲੇ ਇਸ ਮੁੱਛ ਫਟ ਗੱਭਰੂ ਵਿੱਚ ਪਤਾ ਨਹੀਂ ਇਹੋ ਜਿਹਾ ਕੀ ਸੀ ਕਿ ਉਹ ਸਹਿਸਬਾਈ ਹਾਲਾਤਾਂ ਤੇ ਪਾਰੂ ਪੈ ਜਾਂਦਾ ਸੀ ਆਓ ਇਸ ਤੂਫਾਨੀ ਗਤੀ ਵਾਲੇ ਸੂਰਮੇ ਦੇ ਕੁਝ ਹੈਰਾਨੀਜਨ ਕਾਰਨਾਮੇ ਇੱਥੇ ਸਾਂਝੇ ਕਰਦੇ ਹਾਂ ਇੱਕ ਵਾਰ ਭਾਈ ਤੂਫਾਨ ਸਿੰਘ ਸਵੇਰੇ 10:00 ਵਜੇ ਦੇ ਕਰੀਬ ਸਾਈਕਲ ਤੇ ਸਵਾਰ ਹੋ ਲਹਿਰ ਨਾਲ ਜੁੜਿਆ ਕੋਈ ਕੰਮ ਨਿਪਟੋਣ ਜਾ ਰਿਹਾ ਸੀ ਜਿਉਂ ਹੀ ਉਹ ਪਿੱਖੀ ਖੁਰਦ ਪਿੰਡ ਤੋਂ ਸ਼ਹਿਰ ਵੱਲ ਨੂੰ ਵੱਡੀ ਸੜਕ ਤੇ ਚੜ੍ਹਿਆ ਤਾਂ ਗਸ਼ਤ ਤੇ ਚੱਲ ਰਹੀ ਜੀਪ ਤੇ ਸਵਾਰ ਪੁਲਸੀਆਂ ਨੇ ਉਹਨੂੰ ਪਛਾਣ ਲਿਆ ਤੇ ਐਨ ਚਿੱਟੇ ਦਿਨ 메ਨ ਸੜਕ ਤੇ ਦੋਵੇਂ ਧਿਰਾਂ ਆਮਣੇ ਸਾਹਮਣੇ ਹੋ ਗਈਆਂ ਇੱਕ ਪਾਸੇ ਸੰਜੀਪ ਤੇ ਸਵਾਰ 6 ਪੁਲਸੀਏ ਤੇ ਦੂਜੇ ਪਾਸੇ ਕਲਾਕਾਰਾ ਸੂਰਮਾ ਸਿੰਘ ਐਸਾ ਜੋਰ ਵਿਖਾਇਆ ਤੂਫਾਨ ਸਿੰਘ ਨੇ ਆਪਣੀ ਬੰਦੂਕ ਦਾ ਕਿ ਮਿੰਟਾਂ ਵਿੱਚ 6 ਚੋਂ 5 ਪੁਲਸੀਏ ਜ਼ਮੀਨ ਤੇ ਪਏ ਸਨ ਤੇ ਛੇਵੇਂ ਆਪਣੀ ਜੀਪ ਛੱਡ ਕੇ 9 2 11 ਹੋ ਗਿਆ ਸੀ ਤੂਫਾਨ ਸਿੰਘ ਨੇ ਸਮੇਟਿਆ ਉਹਨਾਂ ਪੰਜਾਂ ਦਾ ਹਸਲਾ ਤੇ ਹਵਾ ਚ ਕਿਤੇ ਗਾਇਬ ਹੋ ਗਿਆ ਜਦ ਉਸ ਛੇਵੇਂ ਸਪਾਈ ਨੂੰ ਪੁੱਛਿਆ ਗਿਆ ਕਿ ਉਹ ਕਿੰਨੇ ਬੰਦੇ ਸਨ ਤਾਂ ਉਹਦਾ ਕਹਿਣਾ ਸੀ ਕਿ ਬੰਦਾ ਤਾਂ ਉਹ ਇੱਕ ਹੀ ਸੀ ਪਰ ਉਹਦੀ ਤੇਜ਼ੀ ਸਾਡੇ ਛਿਆਂ ਦੀ ਤਾਕਤ ਨੂੰ maat ਪਾ ਰਹੀ ਸੀ ਕੱਲਾ ਚਾਨ ਚੱਕ ਕਿੰਨੀ ਮਨ ਵਿੱਚ ਧਾਰ ਲੈਣ ਤੇ ਤਾਂ ਉਹ ਜਾਣ ਬੁੱਝ ਕੇ ਵੀ ਦੁਸ਼ਮਨ ਦੀ ਧਿਰ ਨਾਲ ਆੜਾ ਲੈਣ ਕੱਲਾ ਹੀ ਤੁਰ ਪੈਂਦਾ ਸੀ ਹੁਣ ਗੱਲ ਕਰਦੇ ਆ ਭਾਈ ਜੋਗਰਾਤ ਸਿੰਘ ਤੂਫਾਨ ਦੇ ਉਸ ਹਰਾਨੀਜਨ ਕਾਰਨਾਮੇ ਦੇ ਜਦੋਂ ਇਸ ਕੱਲੇ ਕਹਿਰੇ ਸੂਰਮੇ ਨੇ ਹੀ ਜਾ ਕੇ ਥਾਣੇ ਤੇ ਕਬਜ਼ਾ ਕਰ ਲਿਆ ਸੀ ਉਸ ਦੌਰ ਵਿੱਚ ਜੁਝਾਰੂ ਸਿੰਘਾਂ ਲਈ ਸੰਘਰਸ਼ ਅੱਗੇ ਤੋਰਨ ਸਭ ਤੋਂ ਵੱਡੀ ਚੁਣੌਤੀ ਸਾਹਮਣੇ ਹੁੰਦੀ ਸੀ ਹਥਿਆਰਾਂ ਦੀ ਕਮੀ ਉਸ ਦਿਨ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਸਿੰਘਾਂ ਦੇ ਜਥੇ ਗੋਲ ਇਹ ਕਮੀ ਇਸ ਹੱਦ ਤੱਕ ਪਹੁੰਚ ਗਈ ਸੀ ਕਿ ਜੇ ਕਿਤੇ ਉਸ ਦਿਨ ਪੁਲਿਸ ਨੂੰ ਕੋਈ ਸੂਹ ਦੇ ਦਿੰਦਾ ਤਾਂ ਉਹਨਾਂ ਕੋਲ ਮੁਕਾਬਲਾ ਕਰਨ ਜੋਗਾ ਵੀ ਅਸਲਾ ਨਹੀਂ ਸੀ ਸਭ ਦਾ ਸ਼ਹੀਦ ਹੋ ਜਾਣਾ ਤੈ ਸੀ ਸਾਰੇ ਸਿੰਘ ਆਪਣੇ ਗੁਪਤ ਟਿਕਾਣੇ 'ਚ ਫਿਕਰਾਂ 'ਚ ਡੁੱਬੇ ਬੈਠੇ ਸਨ ਪਰ ਤੂਫਾਨ ਸਿੰਘ ਤਾਂ ਤੂਫਾਨ ਹੀ ਸੀ ਉਹਨੇ ਕੀ ਕੀਤਾ ਆਪਣੇ ਕੰਮ ਨੂੰ ਅੰਜਾਮ ਦੇਣ ਲਈ ਚੁੱਪਚਾਪ ਤੁਰ ਪਿਆ ਤੇ ਸਿੱਧਾ ਜਾ ਵਜਾ ਥਾਣੇ ਮਾਹੌਲ ਬਣਾਉਣ ਲਈ ਬਾਹਰ ਖੜ ਕੇ ਦੋ ਚਾਰ ਫੋਕੇ ਹਵਾਈ ਫਾਇਰ ਕੀਤੇ ਤੇ ਅੰਦਰ ਵੜ ਕੇ ਗਰਜ ਦੀ ਆਵਾਜ਼ ਵਿੱਚ ਐਲਾਨ ਕੀਤਾ ਕਿ ਮੇਰੇ ਸਾਥੀਆਂ ਨੇ ਥਾਣੇ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ ਜੇ ਜਾਨ ਪਿਆਰੀ ਹੈ ਤੇ ਤੁਹਾਡੇ ਕੋਲ ਜਿੰਨੇ ਹਥਿਆਰ ਹਨ ਇਸ ਮੇਜ਼ ਤੇ ਲਿਆ ਕੇ ਧਰ ਦੋ ਤੂਫਾਨ ਸਿੰਘ ਨੇ ਇਹ ਗੱਲ ਕਹੀ ਇੰਨੀ ਤੂਫਾਨ ਵਰਗੀ ਬੇਬਾਕ ਆਵਾਜ਼ ਤੇ ਆਤਮ ਵਿਸ਼ਵਾਸ ਨਾਲ ਕਿ ਬਧੂ ਬੱਦੀ ਪੁਲਸੀਆਂ ਦੇ ਸੰਗ ਸੁੱਕ ਗਏ ਤੇ ਉਹਨਾਂ ਨੇ ਸਭ ਕੁਝ ਸੱਚ ਮੰਨ ਲਿਆ ਅਸਲਾ ਲਿਆ ਕੇ ਚੁੱਪਚਾਪ ਮੇਜ਼ ਤੇ ਧਰਤਾ ਸਭ ਕੁਝ ਤਾਂ ਨਹੀਂ ਲਿਆਂਦਾ ਗਿਆ ਪਰ ਜਿੰਨਾ ਕਿ ਜ਼ਰੂਰੀ ਸੀ ਕਰਤਸ ਹੈਂਡ ਗ੍ਰੇਨੇਡ ਤੇ ਹੋਰ ਜ਼ਰੂਰੀ ਸਮਾਨ ਅੱਖ ਦੇ ਪਲਕਾਰੇ ਜਿੰਨੇ ਸਮੇਂ ਚ ਸਮੇਟੇ ਤੇ ਥਾਣੇ ਤੋਂ ਬਾਹਰ ਆ ਕੇ ਗੇਟ ਨੂੰ ਕੁੰਡਾ ਲਾਤਾ ਮਾਰੀ ਬੁਲਟ ਦੀ ਕਿੱਕ ਤੇ ਫੁਰ ਦੀ ਆਵਾਜ਼ ਨਾਲ ਸ਼ੂਮੰਤਰ ਹੋ ਗਿਆ ਬਾਦ ਵਿੱਚ ਜਦੋਂ ਪੁਲਸੀਆਂ ਨੂੰ ਪਤਾ ਲੱਗਾ ਕਿ ਬਾਹਰ ਘੇਰਾ ਪਾਉਣ ਵਾਲਾ ਤਾਂ ਕੋਈ ਹੈ ਹੀ ਨਹੀਂ ਸੀ ਤਾਂ ਥਾਣੇ ਦੇ ਸਟਾਫ ਲਈ ਨੱਕ ਡੋਬ ਕੇ ਮਰਨ ਵਾਲੀ ਗੱਲ ਹੋ ਗਈ। ਭਾਈ ਤੂਫਾਨ ਸਿੰਘ ਦੇ ਜੀਵਨ ਨਾਲ ਜੁੜਿਆ ਇੱਕ ਸ਼ੁਰਮਤਾਈ ਵਾਲਾ ਕਿੱਸਾ ਹੋਰ ਸਾਂਝਾ ਕਰਾਂ ਤਾਂ ਇੱਕ ਵਾਰ ਭਾਈ ਤੂਫਾਨ ਸਿੰਘ ਤੇ ਉਹਨਾਂ ਦੇ ਦੋ ਸੱਤੀ ਪੁਲਸ ਦੇ ਘੇਰੇ ਵਿੱਚ ਕਹਿ ਉਹ ਘੇਰਾ ਇਹੋ ਜੀ ਥਾਂ ਤੇ ਪਿਆ ਸੀ ਕਿ ਤਿੰਨ 'ਚੋਂ ਦੋ ਸੱਤੀ ਹੀ ਬਚ ਕੇ ਨਿਕਲ ਸਕਦੇ ਸਨ। ਇੱਕ ਜਣੇ ਦਾ ਸ਼ਹੀਦ ਹੋ ਜਾਣਾ ਲਗਭਗ ਤੈ ਹੈ ਸੀ। ਜਿਨੇ ਪੁਲਿਸ ਨੂੰ ਰੋਕ ਕੇ ਰੱਖਣ ਲਈ ਜਵਾਬੀ ਕਾਰਵਾਈ ਕਰਦੇ ਰਹਿਣਾ ਸੀ ਕਿਉਂਕਿ ਭਾਈ ਤੂਫਾਨ ਸਿੰਘ ਉਮਰ ਤੇ ਤਜਰਬੇ ਮੁਤਾਬਕ ਦੋਵਾਂ ਨਾਲੋਂ ਹੋਣਾ ਸੀ ਦੋਵਾਂ ਸਾਥੀਆਂ ਨੇ ਜ਼ੋਰ ਲਾ ਲਿਆ ਕਿ ਤੂਫਾਨ ਸਿੰਘ ਤੂੰ ਇੱਥੋਂ ਨਿਕਲ ਜਾ ਪਰ ਉਹ ਨਾ ਮੰਨਿਆ ਕਈ ਚਿਰ ਬਹਿਸ ਕਰਨ ਤੋਂ ਬਾਅਦ ਆਖਰਕਾਰ ਭਾਈ ਸਾਹਿਬ ਦੀ ਅੜੀ ਮੁਰੇ ਦੋਵਾਂ ਨੂੰ ਝੁਕਣਾ ਪਿਆ ਤੇ ਦੋਵੇਂ ਸਾਥੀ ਮੁਕਾਬਲੇ ਵਾਲੀ ਥਾਂ ਤੋਂ ਬਚ ਕੇ ਨਿਕਲ ਗਏ ਹਾਲਾਂਕਿ ਮੌਕੇ ਦੇ ਹਾਲਾਤਾਂ ਮੁਤਾਬਕ ਤੀਜੇ ਸਾਥੀ ਦਾ ਸ਼ਹੀਦ ਹੋ ਜਾਣਾ ਲਗਭਗ ਤੈਅ ਮੰਨਿਆ ਜਾ ਰਿਹਾ ਸੀ ਪਰ ਤੂਫਾਨ ਤਾਂ ਤੂਫਾਨ ਹੀ ਸੀ ਸਭ ਦੇ ਅੰਦਾਜ਼ਿਆਂ ਨੂੰ ਗਲਤ ਸਾਬਤ ਕਰਦਾ ਹੋਇਆ ਭਾਈ ਯੋਗਰਾਜ ਸਿੰਘ ਤੂਫਾਨ ਪੁਲਿਸ ਦੇ ਘੇਰੇ ਨੂੰ ਚਕਮਾ ਦਿੰਦਾ ਹੋਇਆ ਸ਼ੂਮੰਤਰ ਹੋ ਗਿਆ ਜਦੋਂ ਬਾਅਦ ਵਿੱਚ ਜਥੇਬੰਦੀ ਦੇ ਆਗੂ ਤੇ ਸੀਨੀਅਰ ਸਾਥੀਆਂ ਵੱਲੋਂ ਕਿਹਾ ਗਿਆ ਕਿ ਤੂੰ ਉਦੋਂ ਸਾਡਾ ਕਹਿਣਾ ਕਿਉਂ ਨਹੀਂ ਮੰਨਿਆ ਤਾਂ ਭਾਈ ਸਾਹਿਬ ਦਾ ਜਵਾਬ ਸੀ ਕਿਉਂਕਿ ਮੈਨੂੰ ਯਕੀਨ ਸੀ ਕਿ ਮੈਂ ਇਸ ਘੇਰੇ ਤੋਂ ਬਚ ਕੇ ਨਿਕਲ ਜਾਊਂਗਾ ਆਪਣੇ ਇਹਨਾਂ ਹੈਰਾਨ ਕਰ ਦੇਣ ਵਾਲੇ ਕਾਰਨਾਮਿਆਂ ਸਦਕਾ ਹੀ ਭਾਈ ਯੋਗਰਾਜ ਸਿੰਘ ਤੂਫਾਨ ਲਹਿਰ ਵਿੱਚ ਨਿੱਕੀ ਉਮਰ ਹੀ ਉੱਭਰ ਕੇ ਸਾਹਮਣੇ ਆਇਆ ਤੇ ਉਹਨਾਂ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਲੈਫਟੇਨੈਂਟ ਕਮਾਂਡਰ ਦੇ ਮਾਨ ਨਾਲ ਸਨਵਾਜਿਆ ਗਿਆ ਭਾਈ ਤੂਫਾਨ ਸਿੰਘ ਦੀ ਇੱਕ ਜੋ ਸਭ ਤੋਂ ਵੱਧ ਵਿਲੱਖਣ ਗੱਲ ਰਹੀ ਉਹ ਇਹ ਸੀ ਕਿ ਸ਼ੁਰੂ ਤੋਂ ਅੰਤ ਤੱਕ ਉਹਨਾਂ ਦੀ ਛਵੀ ਬਿਲਕੁਲ ਬੇਦਾਗ ਰਹੀ ਜਦਕਿ ਉਸ ਦੌਰ ਦੇ ਕਈ ਵੱਡੇ ਜੁਝਾਰੂ ਸਿੰਘਾਂ ਦੇ ਨਾਮ ਪੁਲਸ ਨੇ ਸਾਜ਼ਿਸ਼ਾਂ ਰਚ ਕੇ ਬੜੀ ਆਸਾਨੀ ਨਾਲ ਦਾਗੀ ਕਰਦੇ ਸਨ ਇਹਦਾ ਸਭ ਤੋਂ ਵੱਡਾ ਕਾਰਨ ਸੀ ਆਵਾਮ ਦੇ ਵਿੱਚ ਆਪਣੇ ਮਹਿਬੂਬ ਆਗੂ ਦੇ ਲਈ ਸਤਕਾਰ ਤੇ ਖਿੱਚ ਜਿੰਨਾ ਇਸ ਸੂਰਮੇ ਨੂੰ ਸਿੱਖ ਪ੍ਰੇਮ ਕਰਦੇ ਸਨ ਉਨਾ ਹੀ ਜੁੜਾ ਹਿੰਦੂ ਤੇ ਮੁਸਲਮ ਭਾਈਚਾਰੇ ਦਾ ਇਹਨਾਂ ਨਾਲ ਸੀ ਕਿਉਂਕਿ ਭਾਈ ਤੂਫਾਨ ਸਿੰਘ ਨੇ ਉਸ ਦੌਰ ਵਿੱਚ ਇਹਨਾਂ ਦਾ ਸਾਥ ਦਿੱਤਾ ਸੀ ਜਦੋਂ ਉਹਨਾਂ ਦੇ ਘਰ ਉਜੜ ਰਹੇ ਸਨ ਏਜੰਸੀਆਂ ਵੱਲੋਂ ਫੈਲਾਈ ਗਈ ਝੂਠੀ ਨਫ਼ਰਤ ਤੋਂ ਦੁਖੀ ਹਿੰਦੂ ਪਰਿਵਾਰ ਪੰਜਾਬ ਛੱਡ ਕੇ ਦੂਜੇ ਸੂਬਿਆਂ ਵਿੱਚ ਵਸਣ ਨੂੰ ਮਜਬੂਰ ਹੋ ਗਏ ਸਨ ਤਦ ਭਾਈ ਜੋਗਰਾਜ ਸਿੰਘ ਤੂਫਾਨ ਉਚੇਚੇ ਦੌਰ ਤੇ ਦੂਜੇ ਸੂਬਿਆਂ ਵਿੱਚ ਜਾ ਕੇ ਇੱਕ ਇੱਕ ਪਰਿਵਾਰ ਨੂੰ ਮਿਲੇ ਤੇ ਉਹਨਾਂ ਨੂੰ ਵਾਪਸ ਲਿਆ ਕੇ ਪੰਜਾਬ ਵਿੱਚ ਵਸਾਇਆ ਗਰੀਬ ਧੀਆਂ ਦੇ ਵਿਆਹ ਸੋਹਰਿਆਂ ਤੋਂ ਤੰਗ ਆਈਆਂ ਧੀਆਂ ਦੇ ਮੁਰਵਸੀਬੇ ਭਾਈ ਸਾਹਿਬ ਨੇ ਹਰੋ ਕੰਮ ਕੀਤਾ ਜੋ ਇੱਕ ਇੱਕ ਲੱਖੀ ਸਮਾਜਿਕ ਆਗੂ ਨੂੰ ਕਰਨਾ ਚਾਹੀਦਾ ਸੀ ਇਹੀ ਕਾਰਨ ਸੀ ਕਿ ਇੰਨੀਆਂ ਧਾਕੜ ਕਾਰਵਾਈਆਂ ਨੂੰ ਅੰਜਾਮ ਦੇਣ ਤੋਂ ਬਾਅਦ ਵੀ ਉਹ ਐਨਾ ਸਮਾਂ ਪੁਲਿਸ ਦੀ ਪਹੁੰਚ ਤੋਂ ਦੂਰ ਬਨੇ ਰਹੇ ਪੁਲਿਸ ਜਿੰਨਾ ਵੱਧ ਲੋਕਾਂ ਦੇ ਜੰਗਲ ਨੂੰ ਫਰੋਲਣ ਦੀ ਕੋਸ਼ਿਸ਼ ਕਰਦੀ ਲੋਕ ਆਪਣੇ ਮਹਿਬੂਬ ਲਈ ਉਨਾ ਹੀ ਵੱਧ ਸੰਗਣਾ ਜੰਗਲ ਖੜਾ ਕਰਕੇ ਪੁਲਿਸ ਲਈ ਓਖਿਆਈਆਂ ਖੜੀਆਂ ਕਰਦੇ ਰਹਿੰਦੇ ਪਰ ਇਹ ਤਾਂ ਜਗ ਜਾਰ ਹੈ ਕਿ ਇਹੋ ਜੇ ਸੰਘਰਸ਼ਕਾਰੀ ਤੂਫਾਨੀ ਜੀਵਨ ਬਾਹਲੇ ਲੰਮੇ ਨਹੀਂ ਹੁੰਦੇ ਕਈ ਦਿਨਾਂ ਤੋਂ ਟਾਈਫਾਇਡ ਨਾਲ ਜੂਝ ਰਹੇ ਪਏ ਤੂਫਾਨ ਸਿੰਘ ਜਿੱਥੇ ਸਮੇਤ ਸਮਸ ਪਿੰਡ 'ਚ ਹੋਏ ਮੁਕਾਬਲੇ ਤੋਂ ਬਾਅਦ ਰਾਤ 3:30 ਵਜੇ ਦੇ ਕਰੀਬ ਮਾੜੀ ਗੁੱਚੀ ਪਿੰਡ ਦੇ ਖੇਤਾਂ 'ਚ ਬਣੀ ਇੱਕ ਬੈਕ ਵਿੱਚ ਪਹੁੰਚੇ ਕਿਉਂਕਿ ਭਾਈ ਤੂਫਾਨ ਸਿੰਘ ਸਖਤ ਬਿਮਾਰ ਸਨ ਸੋ 2-3 ਦਿਨਾਂ ਤੱਕ ਜੱਥਾ ਉੱਥੇ ਹੀ ਰਿਹਾ ਜਿੱਦਾਂ ਕਿ ਫਿਲਮ ਵਿੱਚ ਬਿਲਕੁਲ ਠੀਕ ਵਿਖਾਇਆ ਗਿਆ ਹੈ ਭਾਈ ਸਾਹਿਬ ਨੇ ਉਸ ਦਿਨ ਦਹੀਂ ਨਾਲ ਲੂਣ ਵਾਲੇ ਚੋਲਖਾਨ ਦੀ ਇੱਛਾ ਜ਼ਾਹਿਰ ਕੀਤੀ ਸੀ ਪਰ ਇਹ ਕਿੰਨੂੰ ਪਤਾ ਸੀ ਕਿ ਇਹ ਇਚਾ ਇਚਾਈ ਬਣ ਕੇ ਰਹਿ ਜਾਊਗੀ ਸੂ ਮਿਲਣ ਤੇ ਪੁਲਿਸ ਸੀਆਰਪੀਐਫ ਤੇ ਬੀਐਸਐਫ ਨੇ ਸੰਜਾ ਆਪਰੇਸ਼ਨ ਕਰਦਿਆਂ ਬੈਕ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਜਿਨ੍ਹਾਂ ਦੇ ਘਰ ਸਿੰਘ ਰੁਕੇ ਹੋਏ ਸਨ ਉਹਨਾਂ ਦਾ ਜਵਾਈ ਚਾਂਦਕੀ ਬਾਹਰੋਂ ਢੇੜਾ ਲਾ ਕੇ ਆਇਆ ਸੀ ਉਹਨੇ ਚੇਤਾਇਆ ਵੀ ਕਿ ਬੜੀ ਭਾਰੀ ਗਿਣਤੀ ਵਿੱਚ ਫੋਰਸ ਇਧਰ ਨੂੰ ਵੱਧਦੀ ਆ ਰਹੀ ਹੈ ਪਰ ਉਹ ਟਿਕਾਣਾ ਇਹ ਹੋ ਜਾ ਸੀ ਕਿ ਸਿੰਘਾਂ ਨੇ ਸੋਚਿਆ ਕਿ ਇੱਥੋਂ ਤੱਕ ਪੁਲਿਸ ਪਹੁੰਚ ਨਹੀਂ ਸਕਦੀ ਸੋ ਉਹਨਾਂ ਨੇ ਬਾਲਾ ਗੌਰ ਨਹੀਂ ਕੀਤਾ ਤੇ ਇਹ ਹੀ ਗਲਤੀ ਬਾਅਦ ਵਿੱਚ ਭਾਰੀ ਪੈ ਗਈ ਸਿੰਘਾਂ ਨੂੰ ਪਤਾ ਉਦੋਂ ਲੱਗਿਆ ਜਦੋਂ ਬਾਰੂ ਫਾਇਰਿੰਗ ਸ਼ੁਰੂ ਹੋ ਇੱਕ ਤਾਂ ਫੋਰਸ ਦੀ ਗਿਣਤੀ ਅਥਾ ਸੀ ਉੱਤੋਂ ਭਾਈ ਜੋਗਰਾ ਸਿੰਘ ਤੂਫਾਨ ਦਾ ਬਿਮਾਰ ਤੇ ਕਮਜ਼ੋਰ ਹੋਣਾ ਪੁਲਸੀਆਂ ਦੇ ਹੌਸਲੇ ਬੁਲੰਦ ਕਰ ਰਿਹਾ ਸੀ ਇਸ ਸਮੇਂ ਭਾਈ ਜੋਗਰਾ ਸਿੰਘ ਤੂਫਾਨ ਦੇ ਨਾਲ ਭਾਈ ਬਖਸ਼ੀਸ਼ ਸਿੰਘ ਹਰ ਗੋਬਿੰਦਪੁਰ ਭਾਈ ਸੁਖਵੀਰ ਸਿੰਘ ਕੱਕੂ ਚਿਮਾ ਖੁੱਡੀ ਭਾਈ ਬਲਵਿੰਦਰ ਸਿੰਘ ਪਿੰਡ ਬਦਰੀ ਤੇ ਇੱਕ ਚਾਚਾ ਟੁਣਕੀ ਕਰਕੇ ਇਹ ਚਾਰ ਜਣੇ ਮੌਜੂਦ ਸਨ ਕੁਝ ਸਮਾਂ ਦੋਵੇਂ ਪਾਸੇ ਚੱਲੀ ਫਾਇਰਿੰਗ ਤੋਂ ਬਾਅਦ ਸਿੰਘਾਂ ਨੇ ਖੇਤਾਂ ਵੱਲ ਵੱਧ ਕੇ ਉੱਥੇ ਮੁਕਾਬਲਾ ਕਰਨ ਦੀ ਜੁੱਗਤ ਲੜਾਈ ਕਿਉਂਕਿ ਖੇਤਾਂ ਵੱਲ ਲੁਕੋ ਬਹੁਤ ਸੀ ਪਰ ਰਾ ਇੰਨਾ ਵਿਸ਼ਾਲ ਤੇ ਪੱਕਾ ਸੀ ਕਿ ਕਿਸੇ ਪਾਸੇ ਕੋਈ ਹਿਸਾਬ ਜਾਈ ਨਹੀਂ ਲੱਗ ਰਿਹਾ ਸੀ ਉਸੇ ਸਮੇਂ ਇੱਕ ਗੋਲੀ ਆ ਕੇ ਭਈ ਤੂਫਾਨ ਸਿੰਘ ਦੇ ਖੱਬੇ ਪੱਟ ਤੇ ਵੱਜੀ ਤੇ ਉਹ ਜ਼ਮੀਨ ਤੇ ਡਿੱਗ ਪਏ ਉਹਨਾਂ ਸਾਥੀਆਂ ਨੂੰ ਕਹਿ ਦਿੱਤਾ ਕਿ ਮੈਨੂੰ ਛੱਡ ਕੇ ਚਲੇ ਜਾਓ ਤੁਸੀਂ ਬਚ ਸਕਦੇ ਹੋ ਪਰ ਗੁਰੂ ਸਾਹਿਬ ਦੇ ਮੂਰੇ ਇਕੱਠੇ ਜਾਣ ਮਰਨ ਦੀ ਖਾਦੀ ਸੋ ਮਤਾਬਕ ਕੋਈ ਸਾਥੀ ਉਹਨਾਂ ਨੂੰ ਛੱਡ ਕੇ ਨਹੀਂ ਭੱਜਿਆ ਅੰਤ ਉਹਨਾਂ ਸਭ ਨੇ ਲਾਗੇ ਖਲੋਤੇ ਇੱਕ ਟਰੈਕਟਰ ਤੱਕ ਪਹੁੰਚ ਕੀਤੀ ਤੇ ਉਹਦੇ ਤੇ ਸਵਾਰ ਹੋ ਕੇ ਭੱਜਣ ਦਾ ਪਲਾਨ ਬਣਾਇਆ ਪਰ ਵਰਦੀਆਂ ਗੋਲੀਆਂ ਵਿੱਚ ਟਰੈਕਟਰ ਵੀ ਇੱਕ ਥਾਂ ਤੇ ਫਸ ਗਿਆ ਤੇ ਫਿਰ ਧੜਾ ਧੜ ਵਰਦੀਆਂ ਗੋਲੀਆਂ ਇੱਕ ਤੋਂ ਬਾਅਦ ਇੱਕ ਪਤਾ ਨਹੀਂ ਕਿੰਨੀਆਂ ਭਾਈ ਤੂਫਾਨ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਸਰੀਰਾਂ ਚੋਂ ਪਾਰ ਹੋ ਗਈਆਂ ਤੇ ਇੱਕ ਇੱਕ ਕਰਕੇ ਸਭ ਦੇ ਸਾਂਹ ਦੀਆਂ ਲੜੀਆਂ ਟੁੱਟਦੀਆਂ ਗਈਆਂ ਤੇ ਇਹ ਸੂਰਮੇਸ਼ਰੀ ਅਕਾਲਪੁਰਖ ਸਾਹਿਬ ਦੇ ਚਰਨਾਂ ਵਿੱਚ ਜਾ ਬਰਾਜੇ ਆਪਣੇ ਹਰਮਨ ਪਿਆਰੇ ਆਗੂ ਦੀ ਸ਼ਹੀਦੀ ਦੀ ਖਬਰ ਅੱਗ ਵਾਂਗੂ ਚਾਰੇ ਪਾਸੇ ਫੈਲ ਗਈ ਪੁਲਸ ਨੇ ਸੋਚ ਰੱਖਿਆ ਸੀ ਕਿ ਇਹਨਾਂ ਸੂਰਮਿਆਂ ਦੀਆਂ ਪਵਿੱਤਰ ਦੇਹਾਂ ਨੂੰ ਉਹ ਚੁੱਪਚੀਪ ਇੱਥੇ ਟਿਕਾਣੇ ਲਾ ਦੇਣਗੇ ਪਰ ਸ਼ਾਇਦ ਉਹਨਾਂ ਨੂੰ ਆਵਾਮ ਦੇ ਮਨ ਵਿੱਚ ਭਾਈ ਜੋਗਰਾ ਸਿੰਘ ਲਈ ਜੋ ਪਿਆਰ ਸੀ ਉਹਦਾ ਅੰਦਾਜ਼ਾ ਨਹੀਂ ਸੀ ਸ਼ਹੀਦ ਸਿੰਘਾਂ ਦੇ ਸਰੀਰ ਪ੍ਰਾਪਤ ਕਰਨ ਲਈ 30000 ਤੋਂ ਵੀ ਵੱਧ ਲੋਕਾਂ ਨੇ ਇਕੱਠ ਨੇ ਹਰ ਗੋਬਿੰਦਪੁਰ ਥਾਣੇ ਨੂੰ ਚਾਰੇ ਪਾਸਿਓਂ ਘੇਰ ਲਿਆ ਉਹ ਵੀ ਉਸ ਦੌਰ ਵਿੱਚ ਜਦੋਂ ਪੁਲਿਸ ਵਾਲੇ ਗੋਲੀ ਮਾਰਨ ਲੱਗਿਆ ਸੋਚਦੇ ਨਹੀਂ ਸਨ ਤੇ ਜਦੋਂ ਤੱਕ ਸ਼ਹੀਦ ਸਿੰਘਾਂ ਦੀਆਂ ਦੇਹਾਂ ਪਰਿਵਾਰਾਂ ਨੂੰ ਸੌਪ ਨਹੀਂ ਦਿੱਤੀਆਂ ਗਈਆਂ ਇਹ ਘੇਰਾ ਟੁੱਟਿਆ ਨਹੀਂ ਭਾਈ ਸਾਹਿਬ ਦੇ ਅੰਤਮ ਸੰਸਕਾਰ ਵਿੱਚ 20 ਕਿਲੋਮੀਟਰ ਤੋਂ ਵੀ ਲੰਮਾ ਹਜੂਮ ਸ਼ਾਮਲ ਹੋਇਆ ਸਾਰਾ ਇਲਾਕਾ ਇਸ ਸੁਰਮੇ ਦੇ ਛੱਡ ਜਾਣ ਦੇ ਦੁੱਖ ਵਿੱਚ ਡੁੱਬਿਆ ਹੋਇਆ ਸੀ ਤੇ ਨੇੜੇ ਤੇੜੇ ਦੇ 40 ਕਿਲੋਮੀਟਰ ਦੇ ਇਲਾਕੇ ਵਿੱਚ ਅਗਲੇ 10 ਦਿਨਾਂ ਤੱਕ ਨਾ ਤਾਂ ਕੋਈ ਦੁਕਾਨ ਖੁੱਲੀ ਤੇ ਨਾ ਹੀ ਕੋਈ ਬੱਸ ਚੱਲੀ ਤੇ ਭਾਈ ਸਾਹਿਬ ਦੇ ਭੋਗ ਵਾਲੇ ਦਿਨ ਕੱਠ ਨਾ ਹੋਵੇ ਇਸ ਦੇ ਲਈ ਪੁਲਿਸ ਨੇ ਅੱਡੀ ਚੋਟੀ ਦਾ ਜ਼ੋਰ ਲਾਤਾ ਸੀ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਰੋ ਵਿੱਚ ਆ ਕੇ امام ਆਪੇ ਤੋਂ ਬਾਹਰ ਨਾ ਹੋ ਜਾਵੇ ਇਲਾਕੇ ਵਿੱਚ ਕਰਫਿਊ ਲਾਤਾ ਗਿਆ ਚਾਰੇ ਪਾਸੇ ਨਾਕੇ ਲੱਗੇ ਹੋਏ ਸਨ ਪਰ ਫਿਰ ਵੀ ਪੂਰੇ ਪੰਜਾਬ ਤੋਂ ਸੰਗਤਾਂ ਅੰਤਮ ਅਰਦਾਸ ਵਿੱਚ ਸ਼ਾਮਲ ਹੋਈਆਂ ਛੇ ਕਿੱਲੇ ਵਿੱਚ ਲਾਇਆ ਗਿਆ ਪੰਡਾਲ ਵੀ ਛੋਟਾ ਪੈ ਰਿਹਾ ਸੀ ਇੱਕ ਅੰਦਾਜ਼ੇ ਮੁਤਾਬਕ ਭਾਈ ਯੋਗਰਾਜ ਸਿੰਘ ਤੂਫਾਨ ਦੇ ਭੋਗ ਤੇ ਲਗਭਗ 4 ਤੋਂ 5 ਲੋਕਾਂ ਦਾ ਘਟ ਸ਼ਾਮਲ ਹੋਇਆ ਸੀ ਜਦੋਂ ਭਾਈ ਸਾਹਿਬ ਦੀ ਸ਼ਹੀਦੀ ਹੋਈ ਤਾਂ ਉਹਨਾਂ ਦੀ ਬੇਟੀ ਬੀਬੀ ਸਿਮਰਜੀਤ ਕੌਰ ਜੀ ਦੀ ਉਮਰ ਸਿਰਫ 2 ਮਹੀਨੇ ਸੀ ਜੋ ਅੱਜ ਪੂਰੀ ਸੁਰਤ ਸੰਭਾਲ ਚੁੱਕੇ ਹਨ ਉਹਨਾਂ ਨੂੰ ਪੁੱਛਣ ਤੇ ਸੁਣ ਕੇ ਬੜਾ ਅਫਸੋਸ ਹੁੰਦਾ ਹੈ ਕਿ ਇੱਕ ਦੋ ਜਥੇਬੰਦੀਆਂ ਨੇ ਛੱਡ ਦਈਏ ਤਾਂ ਪੰਥ ਵਿੱਚ ਕਿਸੇ ਨੇ ਉਹਨਾਂ ਦੀ ਸੂ ਨਹੀਂ ਲਈ ਉਹਨਾਂ ਦੀ ਭੂਆ ਜੀ ਨੇ ਬੜੀਆਂ ਔਖੇਾਈਆਂ ਨਾਲ ਉਹਨਾਂ ਦੀ ਪਰਵਰਿਸ਼ ਕੀਤੀ ਜਿਹੜੇ ਸੁਰਮੇ ਨੇ ਸਾਡੇ ਲਈ ਆਪਣਾ ਸਭ ਕੁਝ ਵਾਰ ਦਿੱਤਾ ਅਫਸੋਸ ਦੀ ਗੱਲ ਹੈ ਕਿ ਅਸੀਂ ਸਾਰੇ ਕੌਮ ਰਲ ਕੇ ਉਹਨਾਂ ਕਰਦਿਆਂ ਦੀ ਚੰਗੀ ਤਰ੍ਹਾਂ ਪਰਵਰਿਸ਼ ਵੀ ਨਹੀਂ ਕਰ ਸਕੇ ਤੇ ਇਹ ਕੱਲੇ ਸਿਰਫ ਭਾਈ ਯੋਗਰਾ ਸਿੰਘ ਤੂਫਾਨ ਨਹੀਂ ਲਗਭਗ ਕੌਮ ਦੇ ਹਰ ਸ਼ਹੀਦ ਪਰਿਵਾਰ ਦੀ ਕਹਾਣੀ ਹੈ ਵੀਡੀਓ ਪਸੰਦ ਆਇਆ ਤਾਂ ਲਾਈਕ ਕਰਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਤਾਂ ਤੁਸੀਂ ਕਰ ਹੀ ਦਿੱਤਾ ਹੋਣਾ ਤੇ ਹਮੇਸ਼ਾ ਦੀ ਤਰ੍ਹਾਂ ਜਾਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ